فرماتے ہیں اللہ کے آرڈر سے، اللہ کے حکم سے کہ من کنت مولا فہذا علی مولا، جس جس کا میں مولا اس کا علی مولا، علی مولا، علی مولا۔ میرے ساتھ مل کے نعرہ بلند کریں فل آواز میں، عرش تک جائے نعرہ، نعرہ طریقت، نعرہ بیٹا تو بھی ہو جا پیچھے، گدائے ہے دن کے، گدائے ہے دن کے دن کے، گدائے ہے دن کے دن کے، گدا ہو ہاتھوں وہ ایسا در ہے، گدا گدر گدا گر، گدا گدا علی کا گھر ہی خدا کا گھر ہے، چلمن میں بھلا کون سخی بول رہا ہے، چلمن میں بھلا کون سخی بول رہا ہے، معراج کی شب کون جلی بول رہا ہے، جبریل یہ خوشخبری جہاں بھر کو سنا دو کہ اللہ کے لہجے میں علی بول رہا ہے۔ میں ملنگ ہاں یا علی دا، میں ملنگ ہاں یا علی
ملنگ میں ملنگ میں ملنگ ہاں میں ملنگ میں ملنگ ہاں میں ملنگ ہاں میں ملنگ اگے آ جاؤ اگے میرا پیر یا علی میرے پیر علی دا نارا بجدا گلی گلی میں ملنگ ہاں یا علی دا میں ملنگ ہاں یا علی دا میرا پیر یا علی میرے پیر علی دا میرے پیر علی دا نارا بجدا گلی گلی میں ملنگ ہاں یا علی دا مشکلاں دے جس نے وچ مشکلاں دے جس نے حیدر دا نام چایا بچے لٹن والے کھپ آدھے ہوں نہیں وہ ویسے لے لیں گے کھپ کھپ پی بابا سبحان اللہ یہ بات علی حال میرا پیر یا علی میرے پیر علی دا نارا بجدا گلی گلی میں ملنگ ہاں یا علی دا یا علی دا یا علی دا
ਮੁਸ਼ਕਿਲਾਂ ਦੇ ਜਿਸਨੇ ਹੈਦਰ ਦਾ ਨਾਮ ਜਾ ਵਿੱਚ ਮੁਸ਼ਕਿਲਾਂ ਵਿੱਚ ਮੁਸ਼ਕਿਲਾਂ 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 ਵਿੱਚ ਮੁਸ਼ਕਿਲਾਂ ਨੇ ਜਿਸਨੇ ਹੈਦਰ ਦਾ ਨਾਮ ਚਾਹਿਆ ਵਿੱਚ ਮੁਸ਼ਕਿਲਾਂ ਵਿੱਚ ਮੁਸ਼ਕਿਲਾਂ ਨੇ ਜਿਸਨੇ ਹਸਨੈਨ ਦਾ ਇਹ ਬਾਬਾ ਉਹਦੀ ਮਦਦ ਨੂੰ ਆਇਆ ਹੋ ਹਸਨੈਨ ਆਹਾ ਮੌਲਾ ਅਲੀ ਉਹਦੀ ਮਦਦ ਸ਼ੇਰ ਜਲੀ ਸਹਰਾ ਦਾ ਸ਼ੌਹਰ ਹਸਨੈਨ ਦਾ ਬਾਬਾ ਗਾਜ਼ੀ ਦਾ ਬਾਬਾ ਔਰ ਅੱਲਾ ਦਾ ਸ਼ੇਰ ਔਰ ਮੁਸ਼ਕਿਲ ਕੁਸ਼ਾ ਉਹਦੀ ਮਦਦ ਨੂੰ ਆ ਵਿੱਚ ਮੁਸ਼ਕਿਲਾਂ ਦੇ ਜਿਸਨੇ ਹੈਦਰ ਦਾ ਨਾਮ ਚਾਹਿਆ ਹਰ ਬਲਾ ਡਲੀ ਮੇਰੇ ਪੀਰ ਅਲੀ ਦਾ ਨਾਰਾ ਵੱਜਦਾ ਗਲੀ ਗਲੀ ਜਿਹੜਾ ਜ਼ਿਕਰ ਜਿਨ੍ਹਾਂ ਦਾ ਮੈਂ ਕਰ ਰਿਹਾ ਉਹਨਾਂ ਦਾ ਹੀ ਤੁਸੀਂ ਕਰ ਰਹੇ ਹੋ ਨਾ 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 ਜ਼ਿਕਰ ਬੁਲਾਉਂਦਾ ਜ਼ਿਕਰ ਬੁਲਾਉਂਦਾ ਜ਼ਿਕਰ ਵਾਜਬਾ ਜ਼ਿਕਰ ਵਾਲੇ ਬੁਲਾਉਂਦੇ ਨੇ ਮੇਰੇ ਕੋਲ ਕੋਈ ਸਾਧੋ ਸਮਾਨ ਖਤਮ ਹੈ ਮੇਰੇ ਪੀਰ ਮੌਲਾ ਅਲੀ ਨੇ ਆਪਣੇ ਘਰ ਦੇ ਵਿੱਚ ਨਜ਼ਰ ਮਾਰੀ ਅਲਹਮਦੁਲਿਲਾ ਉੱਥੇ ਤਾਂ ਹੁੰਦਾ ਹੀ ਪੱਕਾ ਸੀ ਬੇਸ਼ੱਕ ਬੇਸ਼ੱਕ ਬਾਕੀ ਉਹਨਾਂ ਕਹੇ ਕਿ ਹੁਣ ਗੱਲ ਇਹ ਆ ਕਿ ਮੇਰਾ ਮਨ ਨਹੀਂ ਆਇਆ ਆਹਾਂ ਉਹਨਾਂ ਫੜਿਆ ਰੋੜਾ ਉਹਦੇ ਤੇ ਬੜੀ ਬਿਸਮਿਲਲਾ ਉਹਨੂੰ ਪੜਾਤਾ ਸੁਣਾ ਫਿਰ ਮਾਨੀ ਵੀ ਆਖਾ ਸੁੱਚਾ ਸੀ ਉਹਨੇ ਥੋੜਾ ਜਿਹਾ ਖੋੜਿਆ ਉਹਨੇ ਪੀਰ ਮੌਲਾ ਅਲੀ ਫਿਰ ਮਾਇਆ ਤੈਨੂੰ ਸਾਰਾ ਦਿੱਤਾ ਉਹਨੇ ਕਿਹਾ ਮੌਲਾ ਮੈਂ ਸਾਰੀ ਜ਼ਿੰਦਗੀ ਲੈਣਾ ਇੱਕ ਹੋਰ ਨਹੀਂ ਲੈਣਾ ਆਹਾ ਬਿਲਕੁਲ ਠੀਕ ਹੈ ਬਾਜੀ ਵਾਹ ਹਾਂਜੀ ਹਾਂਜੀ ਫਿਰ ਸਾਈਂ ਉਹਨਾਂ ਦੀ ਇਸੇ ਗੱਲ ਤੋਂ ਯਾਦ ਆਇਆ ਸੁਣ ਮੌਜਜ਼ੇ ਅਲੀ ਦੇ ਸੋਚਾਂ ਦੇ ਵਿੱਚ ਨਾ ਪੈ ਆਜੋ ਆਜੋ ਸੁਣ ਮੌਜਜ਼ੇ ਅਲੀ ਦੇ ਸੋਚਾਂ ਦੇ ਵਿੱਚ ਨਾ ਪੈ ਤੂੰ ਸੁਣ ਮੌਜਜ਼ੇ ਅਲੀ ਦੇ ਸੋਚਾਂ ਦੇ ਵਿੱਚ ਨਾ ਪੈ ਤੂੰ ਮੁਨ ਕਰ ਨਾ ਬਣ ਅਲੀ ਦਾ ਜੋ ਲੈਣਾ ਅਲੀ ਤੋਂ ਲੈ ਤੂੰ ਸਜਾਦ ਨਾਗਰਾ ਜੋ ਲੈਣਾ ਅਲੀ
ਚੰਗਾ ਲਜਪਾਲ ਸਾਰੇ ਜਗਦਾ ਲਜਪਾਲ ਅੱਲਾ ਦਾ ਏ ਵਲੀ ਮੇਰੇ ਪੀਰ ਅਲੀ ਦਾ ਨਾਰਾ ਵੱਜਦਾ ਗਲੀ ਗਲੀ ਮੈਂ ਬਲੰਗ ਹਾਂ ਭਾਈ ਸਪੀਕਰ ਤੋਂ ਹਟ ਜਾ ਯਾਰ ਥੱਲੇ ਚਲਾ ਜਾ ਥੱਲੇ ਚਲਾ ਜਾ ਯਾਰ ਸੁਭਾਨ ਅੱਲਾ ਅੱਲਾ ਨੇ ਯੇ ਪੂਰੀ ਕਾਇਨਾਤ ਹਜ਼ੂਰ ਪਾਕ ਮੁਹੰਮਦ ਮੁਸਤਫਾ ਕੇ ਸਦਕੇ ਮੇਂ ਬਣਾਈ ਹੈ। ਬਿਲਕੁਲ ਠੀਕ, ਹਰ ਚੀਜ਼ ਪੇ ਹੈ ਬੇਸ਼ੱਕ ਇਹਸਾਨ ਰਸਾਲਤ ਕਾ, ਹਰ ਚੀਜ਼ ਪੇ ਹੈ ਬੇਸ਼ੱਕ, ਹਰ ਚੀਜ਼ ਪੇ ਹੈ ਬੇਸ਼ੱਕ ਇਹਸਾਨ ਰਸਾਲਤ ਕਾ, ਲੇਕਿਨ ਹੈ ਰਸਾਲਤ ਪੇ ਇਹਸਾਨ ਅਬੂ ਤਾਲਿਬ। ਖੈਰ ਸੁਭਾਨ ਅੱਲਾ ਸੁਭਾਨ ਅੱਲਾ, ਹਰ ਚੀਜ਼ ਪੇ ਹੈ ਬੇਸ਼ੱਕ, ਹਰ ਚੀਜ਼ ਪੇ ਹੈ ਬੇਸ਼ੱਕ ਇਹਸਾਨ ਰਸਾਲਤ ਕਾ, ਹਰ ਚੀਜ਼ ਪੇ ਹੈ ਬੇਸ਼ੱਕ ਇਹਸਾਨ ਰਸਾਲਤ ਕਾ, ਲੇਕਿਨ ਹੈ ਰਸਾਲਤ ਪੇ ਇਹਸਾਨ ਅਬੂ ਤਾਲਿਬ। ਉਧਰ ਜਾਈ ਬਈ ਇਸਲਾਮ ਤੇ ਰੱਬ ਜਾਣੇ ਇਮਰਾਨ ਦਾ ਅਹਿਸਾਨ ਏ ਇਸਲਾਮ, ਅੱਛਾ ਜੀ, ਹਰ ਚੀਜ਼ ਪੇ ਹੈ ਬੇਸ਼ੱਕ, ਹਰ ਚੀਜ਼ ਪੇ ਹੈ ਬੇਸ਼ੱਕ ਇਹਸਾਨ ਰਸਾਲਤ ਕਾ, ਹਰ ਚੀਜ਼ ਪੇ ਹੈ ਬੇਸ਼ੱਕ ਇਹਸਾਨ ਰਸਾਲਤ ਕਾ, ਲੇਕਿਨ ਹੈ ਰਸਾਲਤ ਪੇ ਇਹਸਾਨ ਅਬੂ ਤਾਲਿਬ। ਇਸਲਾਮ ਤੇ ਰੱਬ ਜਾਣੇ ਇਮਰਾਨ ਦਾ ਅਹਿਸਾਨ ਏ ਇਸਲਾਮ ਤੇ ਰੱਬ ਜਾਣੇ ਇਮਰਾਨ ਦਾ ਅਹਿਸਾਨ ਏ ਇਸਲਾਮ ਤੇ ਰੱਬ ਜਾਣ ਇਸਲਾਮ ਤੇ ਰੱਬ ਜਾਣੇ ਇਮਰਾਨ ਦਾ ਅਹਿਸਾਨ ਏ ਇਸਲਾਮ ਤੇ ਰੱਬ ਜਾਣੇ ਇਮਰਾਨ, ਕੋਈ ਨੀ ਕੋਈ ਨੀ ਸੁੱਟਣ ਦੇ ਉਹਨੂੰ, ਇਸਲਾਮ ਤੇ ਰੱਬ ਜਾਣੇ ਵਾਹ ਜੀ ਵਾਹ। ਨਹੀਂ ਕੋਈ ਨੀ ਕੋਈ ਨੀ, ਟਾਈਮ ਹੀ ਟਾਈਮ ਹੈ, ਬਿਲਕੁਲ ਬਾਬਾ ਆਹ
سلام تیرا جانے عمران دا احسان اسلام تیرا جانے اسلام تیرا اسلام تیرا جانے عمران دا احسان اسلام تیرا جانے اسلام تیرا جانے عمران دا احسان اسلام تیرا جانے 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 اسلام تیرا جانے عمران دا احسان اسلام تیرا جانے عمران دا احسان اسلام تیرا جانے اسلام تیرا جانے اسلام تیرا جانے اسلام تیرا جانے محفل کھول دیو ذرا تھوڑی جی محفل کھول لو بیٹا پیچھے ہو کے بہ جا پیچھے ہو کے بیٹھ ایتھے نہ بیٹھ سائی ہوری بیٹھے نے اوتے اوے اٹھ جا اتھوں رب جانے انہاں دی شریعت انہاں دا ہی قرآن ہاں جی رب دی قسم نبوت رب دی قسم نبوت اسے دے گھر پلیے میرے پیر علی دا نعرہ بجدا ہاں جی بسم اللہ میک میک سیدھا کر لو بالکل ٹھیک ہے میرے نبی پاک صلی اللہ علیہ وسلم اللہ صلی اللہ علیہ وسلم محمد محمد ڈاؤٹ ہوتا سی میرے ابو تالا دی جگہ اپنا بچہ لٹا اور میرے محمد صلی اللہ علیہ وسلم بابا یہ مقام آ گیا کربلا دا میرے مولا حسین نے میرے عبداللہ علی اصغر صاحب نو فرمایا کہ ساڈے گھر دی دی تے محمد صلی اللہ علیہ وسلم نو بچانا تے میرے مولا علی اصغر صاحب فرماندے لے جو مینوں میدان چ میں تیر کھا کے ساڈے نانے دی شریعت بچاواں گا واہ واہ تسی گردن کٹا کے قران سکھا کے قران بچاؤ گے واہ جی واہ واہ جی واہ واہ جی واہ
ਹਾਂਜੀ ਹਾਂਜੀ ਕਿਹੜਾ ਘਰ ਹੈ ਹਜ਼ਰਤ ਅਬੂ ਤਾਲਿਬ ਸਰਕਾਰ ਦਾ? ਹਾਂ ਹਾਂ, ਜਿੱਥੇ ਹਜ਼ੂਰ ਪਾਕ ਮੁਹੰਮਦ ਮੁਸਤਫਾ ਨੇ ਕਈ ਸਾਲ ਖਾਧਾ, ਉਹਨਾਂ ਬਰਤਨਾਂ 'ਚ ਖਾਧਾ, ਉੱਥੇ ਪਰਵਰਿਸ਼ ਪਾਈ ਹੈ ਉਸ ਘਰ 'ਚ। ਹਾਂਜੀ, ਉੱਤੋਂ ਉਸ ਘਰ ਦੀ ਬਾਬਰਕਤ ਨਿਸ਼ਾਨੀ ਕੀ ਹੈ? ਜਿਸ ਘਰ 'ਚ ਤਾਰਾ ਉਤਰੇ ਅਬੂ ਤਾਲਿਬ ਦੇ ਬਾਦ ਕਿਹੜਾ, ਜਿਸ ਘਰ 'ਚ ਤਾਰਾ ਉਤਰੇ ਹੈ ਅਲੀ ਦੇ ਬਾਦ ਕਿਹੜਾ, ਜਿਸ ਘਰ 'ਚ ali 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 mola ali 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 mola ali ali ਨਿਕਲਤਾ ਹਾਥ ਜੋ ਦੇਖਾ ਨਬੀ ਨੇ ਪਰਦੇ ਸੇ, ਨਿਕਲਤਾ ਹਾਥ ਜੋ ਦੇਖਾ ਨਬੀ ਨੇ ਪਰਦੇ ਸੇ, ਲਗਾ ਅਲੀ ਥਾ ਖੁਦਾ ਔਰ ਲਗਾ ਖੁਦਾ ਥਾ ਅਲੀ 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 ਯਾ ਅਲੀ ਅਲੀ ਹਾਂਜੀ, ਜਿਸ ਘਰ 'ਚ ਤਾਰਾ ਉਤਰੇ ਹੈ ਅਲੀ ਦੇ ਬਾਜ ਕਿਹੜਾ, ਪੜਦਾ ਪਿਆ ਜਲੀ ਮੇਰੇ ਪੀਰ ਅਲੀ ਦਾ ਨਾਰਾ ਪੜਦਾ ਗਲੀ ਗਲੀ। ਭਾਈ ਜੀ ਸਿਗਰਟ ਨਾ ਪੀਓ, ਸਿਗਰਟ ਨਾ ਪੀਓ, ਤੁਹਾਡੇ